ਸਰੋਵਰਾ ਜੀ ਗੁਰਦੁਆਰਾ ਅੜੀਸਰ ਸਾਹਿਬ ਪਹਿਲਾਂ ਹੀ ਤਾਂ ਹੱਥ ਰਾੜੇ ਮਿੰਟਾਂ ਦੀ ਬਣਾਉਣੀ ਹੈ ਜੀ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ 1722 ਬਿਕਰਮੀ ਨੂੰ ਹੰਢਾਇਆ ਪੋਹ ਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂ ਸਰ ਆਏ, ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਆਏ, ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਸਥਾਨ 'ਤੇ ਆਏ। ਪਿੰਡ ਧੌਲੇ ਦੀ ਜੂਹ ਸੀ ਕਿ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸੰਗਤਾਂ ਨੇ ਪੁੱਛਿਆ, ਘੋੜਾ ਅੜੀ ਪੈ ਗਿਆ ਹੈ, ਇਹ ਕੀ ਕਾਰਨ ਹੈ? ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਘੋੜਾ ਅੜੀ ਪੈ ਗਿਆ। ਇੱਥੇ ਤੁਰਕ ਮੁਸਲਮਾਨ ਜ਼ਿਮੀਂਦਾਰਾਂ ਤੰਬਾਕੂ ਦਾ ਖੇਤ ਹੈ, ਕਿਸੇ ਸਮੇਂ ਇਹ ਵੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ। ਜੋ ਵੀ ਸ਼ਰਧਾਲੂ ਸੁੱਖਾਂ ਸੁੱਖਣਗੇ ਉਹਨਾਂ ਦੇ ਅੜੇ ਕੰਮ ਸੰਵਰਨਗੇ ਅਤੇ ਕਾਰਜ ਸੰਪੂਰਨ ਹੋਣਗੇ। ਇਹ ਵਚਨ ਕਹਿ ਕੇ ਗੁਰੂ ਸਾਹਿਬ ਜੀ ਇਸ ਸਥਾਨ ਤੋਂ ਸੋਹੀਆਣਾ ਸਾਹਿਬ ਚਲੇ ਗਏ। ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਹਰਬੰਸ ਸਿੰਘ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਨੇ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ। ਗੁਰਦੁਆਰਾ ਧੌਲਾ ਹੰਢਾਇਆ ਪ੍ਰਬੰਧਕ ਕਮੇਟੀ
ਕੋਠੇ ਚੁੱਗਾ ਜ਼ਿਲ੍ਹਾ ਬਰਨਾਲਾ ਆਹ ਦੇਖੋ ਜੀ ਲੈਣਾ ਜਿੱਥੇ ਅਰਦਾਸਾਂ ਹੁੰਦੀਆਂ ਨੇਗੀਆਂ ਅਰਦਾਸਾਂ ਵਾਸਤੇ ਲੈਣਾ ਐਡੀਆਂ ਨੇ ਲੈਣਾ ਲੱਗੀਆਂ ਪਈਆਂ ਆਹ ਦੇਖੋ ਅਰਦਾਸਾਂ ਕਰਾਉਣ ਵਾਸਤੇ ਸੰਗਤ ਖੜੀ ਹੈ ਨਾਂ ਲਿਖਵਾਉਣ ਵਾਸਤੇ ਗੁਰਦੁਆਰਾ ਅੜੀਸਰ ਸਾਹਿਬ ਜ਼ਿਲ੍ਹਾ ਬਰਨਾਲਾ ਧੌਲਾ ਅੱਜ ਸਾਰੀ ਸੰਗਤ ਸਮੇਤ ਅਸੀਂ ਪਹੁੰਚੇ ਹਾਂ ਸਾਰੀਆਂ ਸੰਗਤਾਂ ਜਿਹੜੇ ਨਤਮਸਤਕ ਦੇ ਸਾਰੇ ਦਿਹਾੜੇ ਕੰਮ ਹੁੰਦੇ ਆ ਅਤੇ ਵੈਸੇ ਨੌਵੇਂ ਪਾਤਸ਼ਾਹ ਦਾ ਵਰਗ ਹੋਇਆ ਹੋਇਆ ਬਾਕੀ ਇਤਿਹਾਸ ਇਹਦੇ ਵਿੱਚ ਪੜ੍ਹਿਆ ਅਤੇ ਸਾਰੀਆਂ ਸੰਗਤਾਂ ਨੇ ਜ਼ਰੂਰ ਆ ਕੇ ਨਤਮਸਤਕ ਹੋਣਾ ਜਿਨ੍ਹਾਂ ਦੇ ਕੰਮ ਅੜੇ ਹੈ ਵਾਹਿਗੁਰੂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਕਾਰਜ ਪੂਰੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।